इस बुलेटिन दे प्रस्तुतकर्ता ने myticketbuyair.com। सत श्री अकाल, देश विदेश विच अपना पंजाब NRI TV चैनल देख रहे दर्शकों दा मैं कमलप्रीत स्वागत कर दियां। सब तो पहला मुख्य खबरां ते एक नजर। ਹੁਣ ਆਪਣਾ ਪੰਜਾਬ ਗਰੁੱਪ ਲੈ ਕੇ ਆਏ ਹਾਂ ਮਾਈ ਟਿਕਟ ਬਾਈ ਏਅਰ। ਸਸਤੀਆਂ ਅਤੇ ਹੋਲਸੇਲ ਰੇਟਾਂ ਤੇ ਹਵਾਈ ਟਿਕਟਾਂ ਲੈਣ ਲਈ ਸਾਡੇ ਰਿਚਮੰਡ ਹਿੱਲ ਨਿਊਯਾਰਕ ਆਫਿਸ ਵਿੱਚ ਅੱਜ ਹੀ ਸੰਪਰਕ ਕਰੋ। ਸਾਡਾ ਟੋਲ ਫ੍ਰੀ ਨੰਬਰ ਹੈ 833-817-7200 ਤੇ ਟਿਕਟਾਂ ਲੈਣ ਲਈ ਸਾਨੂੰ ਸੰਪਰਕ ਕਰੋ 516-274-3666। ਨਸ਼ਾ ਦੇ ਮਾਮਲੇ ਦੇ ਵਿੱਚ ਹੋਰ ਸਖਤ ਹੋਈ ਪੰਜਾਬ ਸਰਕਾਰ। ਕੈਪਟਨ ਨੇ ਕਿਹਾ ਪਿਛਲੀ ਸਰਕਾਰ ਦੇ ਆਗੂਆਂ ਖਿਲਾਫ ਸਬੂਤ ਮਿਲੇ ਤਾਂ ਜੇਲ੍ਹ ਭੇਜ ਕੇ ਹੀ ਹਟਾਂਗੇ। ਅਕਾਲੀ ਦਲ ਨੇ ਇੱਕ ਵਾਰੀ ਫਿਰ ਤੋਂ ਬਿਨਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਬੈਠਕ ਦੇ ਵਿੱਚ ਕਿਹਾ ਕੈਪਟਨ ਸਰਕਾਰ ਨਸ਼ਾ ਤੇ ਰਾਜਨੀਤੀ ਕਰਨ ਤੋਂ ਕਰੇ ਗੁਰੇਜ਼। ਅਤੇ ਫਰਾਂਸ ਤੀਜੀ ਰਾਤ ਵੀ ਹਿੰਸਾ ਜਾਰੀ, 52 ਕਾਰਾਂ ਨੂੰ ਲਾਈ ਗਈ ਅੱਗ। ਹੁਣ ਵਿਸਥਾਰ। ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਉਖਾੜਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ ਤੇ ਇਸ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨੇ ਕਿਹਾ ਕਿ ਜੇਕਰ ਪਿਛਲੀ ਸਰਕਾਰ ਦੇ ਵਿੱਚੋਂ ਕੋਈ ਵੀ ਮੰਤਰੀ ਸਾਨੂੰ ਇਸ ਰਿਪੋਰਟ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਆਲਮਤ ਦੇ ਖਾਤਮੇ ਲਈ ਸਮਾਜਿਕ ਲਹਿਰ ਉਸਾਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੁਲਿਸ ਤਾਂ ਸਿਰਫ ਦਬਾਅ ਬਣਾ ਸਕਦੀ ਹੈ ਪਰ ਅਸਲ ਵਿੱਚ ਤਾਂ ਲੋਕ ਹੀ ਹਨ ਜੋ ਇਸ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਸਹਾਇਤਾ ਕਰ ਸਕਦੇ ਹਨ। ਇੱਕ ਪ੍ਰੋਗਰਾਮ ਦੌਰਾਨ ਪਹੁੰਚੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਕਿਸਮ ਦੀ ਹਿੰਸਾ ਦੇ ਹੱਕ ਵਿੱਚ ਨਹੀਂ ਹਨ। ਨਾਲ ਹੀ ਉਹਨਾਂ ਕਿਹਾ ਕਿ ਇਸ ਸਮੱਸਿਆ ਨੂੰ ਜੜੋਂ ਪੁੱਟਣ ਦਾ ਇੱਕੋ ਇੱਕ ਹੱਲ ਹੈ, ਉਹ ਹੈ ਲੋਕ ਲਹਿਰ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੇਕਰ ਪਿਛਲੀ ਸਰਕਾਰ ਵਿੱਚ ਸ਼ਾਮਿਲ ਲੋਕਾਂ ਖਿਲਾਫ ਵੀ ਜਾਂਚ ਏਜੰਸੀ ਵੱਲੋਂ ਸਬੂਤ ਪੇਸ਼ ਕੀਤੇ ਗਏ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਨਸ਼ਿਆਂ ਤੇ ਨੱਥ ਪਾਉਣ ਦੇ ਲਈ ਆਪਣੀ ਮੁਹਿੰਮ ਨੂੰ ਹੋਰ ਵੀ ਕਰੜਾ ਕਰ ਰਹੀ ਹੈ ਤੇ ਇਸੇ ਦੇ ਵਿੱਚ ਸ਼ਾਮਿਲ ਹਨ ਡੋਪਿੰਗ ਟੈਸਟ। ਡੋਪਿੰਗ ਟੈਸਟ ਇੱਕ ਸਿਆਸੀ ਮੁੱਦਾ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਡੋਪਿੰਗ ਟੈਸਟ ਹੈ ਉਸ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਸਰਕਾਰ ਅਸਲੀ ਅਤੇ ਅਹਿਮ ਮੁੱਦਿਆਂ ਤੋਂ ਆਮ ਜਨਤਾ ਦਾ ਧਿਆਨ ਭਟਕਾ ਸਕੇ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਹੋਈ ਇੱਕ ਬੈਠਕ ਵਿੱਚ ਜਿੱਥੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਸਹਿਯੋਗ ਦੇਣ ਦੀ ਗੱਲ ਦੁਹਰਾਈ, ਉੱਥੇ ਨਾਲ ਹੀ ਡੋਪ ਵਰਗੇ ਐਲਾਨਾਂ ਨੂੰ ਸਟੰਟਬਾਜ਼ੀ ਕਰਾਰ ਦਿੰਦਿਆਂ ਇਸ ਨੂੰ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਦੀ ਸਾਜ਼ਿਸ਼ ਦੱਸਿਆ ਹੈ। ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਦੱਸਿਆ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਨਸ਼ੇ ਦੇ ਮੁੱਦੇ ਤੇ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਪੰਜਾਬ ਅੰਦਰ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਿਨ ਪ੍ਰਤੀਦਿਨ ਵੱਧਦੀ ਗਿਣਤੀ ਦੀ ਲਈ ਚਿੰਤਾ ਪ੍ਰਗਟਾਈ ਗਈ। ਇਸ ਬਾਰੇ ਮਤਾ ਪਾਸ ਕਰਕੇ ਕਿਹਾ ਗਿਆ ਕਿ ਪੰਜਾਬ ਮੌਜੂਦਾ ਸਰਕਾਰ ਨਸ਼ਿਆਂ ਦੇ ਵਪਾਰ ਨੂੰ ਨੱਥ ਪਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੈ ਅਤੇ ਉਹ ਇਸ ਵੇਲੇ ਆਪਣੀ ਇਸ ਅਸਫਲਤਾ ਨੂੰ ਢੱਕਣ ਦੇ ਲਈ ਮੁੱਖ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਜਾ ਰਹੀ ਹੈ। ਪੱਛਮੀ ਫਰਾਂਸ ਦੇ ਵਿੱਚ ਤੀਸਰੀ ਰਾਤ ਵੀ ਦੰਗਾ ਫਸਾਦ ਜਾਰੀ ਰਿਹਾ। ਇਸ ਦੰਗੇ ਦੇ ਵਿੱਚ 52 ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਅਤੇ ਕਈ ਬਿਲਡਿੰਗਾਂ ਦੀ ਭੰਨ ਤੋੜ ਕੀਤੀ ਗਈ ਹੈ। ਪੱਛਮੀ ਫਰਾਂਸ 'ਚ ਪੁਲਿਸ ਵੱਲੋਂ ਕੀਤੀ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਭੜਕੇ ਦੰਗੇ ਅਤੇ ਹਿੰਸਾ ਤੀਜੀ ਰਾਤ ਵੀ ਜਾਰੀ ਰਹੇ। ਕਈ ਕਾਰਾਂ ਅਤੇ ਇਮਾਰਤਾਂ 'ਚ ਅੱਗ ਲਗਾ ਦਿੱਤੀ ਗਈ। ਇਹ ਘਟਨਾ ਸੁਵਿਧਾਵਾਂ ਤੋਂ ਵਾਂਝੇ ਉਪਨਗਰ 'ਚ ਹੋਈ ਜਿੱਥੇ ਵੱਡੀ ਗਿਣਤੀ 'ਚ ਪ੍ਰਵਾਸੀ ਆਬਾਦੀ ਰਹਿੰਦੀ ਹੈ। ਸਰਕਾਰ ਨੇ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਕੀਤੀ ਜਾ ਰਹੀ ਜਾਂਚ 'ਚ ਪੂਰੀ ਪਾਰਦਰਸ਼ਤਾ ਵਰਤਣ ਦਾ ਭਰੋਸਾ ਦਿੱਤਾ ਹੈ। ਅਬੂ ਬਰਕ ਐਫ ਨਾਂ ਦੇ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਇੱਕ ਪੁਲਿਸ ਅਧਿਕਾਰੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ। ਉਸ ਦੀ ਮੌਤ ਨੇ ਸ਼ਹਿਰ ਦੇ ਲੋਕਾਂ ਅਤੇ ਪੁਲਿਸ ਦੇ ਰਿਸ਼ਤਿਆਂ 'ਚ ਹੋਰ ਤਣਾਅ ਪੈਦਾ ਕਰ ਦਿੱਤਾ ਹੈ ਤੇ ਉਹ ਅਕਸਰ ਪੁਲਿਸ ਤੇ ਜ਼ਿਆਦਤੀ ਕਰਨ ਦਾ ਦੋਸ਼ ਲਾਉਂਦੇ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਨਾਂਤ 'ਚ ਰਾਤ ਨੂੰ 52 ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ 'ਚ ਮੇਅਰ ਦੀ ਨਿੱਜੀ ਕਾਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 8 ਇਮਾਰਤਾਂ ਨੂੰ ਵੀ ਜਾਂ ਤਾਂ ਅੱਗ ਲਾ ਦਿੱਤੀ ਗਈ ਜਾਂ ਫਿਰ ਉਹਨਾਂ ਨੂੰ ਤੋੜ ਭੰਨ ਦਿੱਤਾ ਗਿਆ। ਬੁਲੇਟਿਨ ਦੇ ਵਿੱਚ ਫਿਲਹਾਲ ਵਕਤ ਇੱਕ ਛੋਟਾ ਜਿਹਾ ਬ੍ਰੇਕ ਦਾ, ਬ੍ਰੇਕ ਦੇ ਉਸ ਪਾਰ ਵੀ ਖਬਰਾਂ ਜਾਰੀ ਰਹਿਣਗੀਆਂ। ਹੁਣ ਆਪਣਾ ਪੰਜਾਬ ਲੈ ਕੇ ਆਏ ਨੇ ਮਾਈ ਟਿਕਟ ਬਾਏ ਏਅਰ। ਭਾਰਤ ਤੋਂ ਅਮਰੀਕਾ ਜਾਂ ਕੈਨੇਡਾ ਆਉਣ ਲਈ ਜਾਂ ਅਮਰੀਕਾ ਤੋਂ ਭਾਰਤ ਜਾਣ ਲਈ ਸਸਤੀਆਂ ਤੇ ਹੋਲਸੇਲ ਕੀਮਤਾਂ ਤੇ ਹਵਾਈ ਟਿਕਟਾਂ ਲੈਣ ਲਈ ਹੁਣੇ ਸਾਨੂੰ ਸੰਪਰਕ ਕਰੋ। ਸਾਡਾ ਵਟਸਐਪ ਨੰਬਰ ਹੈ 201-312-4180 ਅਤੇ ਸਾਡਾ ਫੋਨ ਨੰਬਰ ਹੈ 516-274-3666 ਤੇ ਸਾਡਾ ਟੋਲ ਫ੍ਰੀ ਨੰਬਰ ਹੈ 833-817-7200। ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ। ਮੈਂ ਕਿਹਾ ਕਿੱਥੇ ਹੈ, ਮੈਂ ਤਾਂ ਕੈਨਮ ਦੇ ਗਈ ਸੀ।
ਉਹ ਕੈਨਮ ਕੀ ਕੈਨਮ ਫੋਨ ਪਿਨਲੈਸ ਫੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰੀਏ ਉਨੇ ਹੀ ਪੈਸੇ ਕੱਟਣਗੇ ਜੀ ਹਾਂ ਭਰੋਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕੋਰਟ ਨੇ 10 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਦੇ ਨਾਲ ਹੀ ਨਵਾਜ਼ ਸ਼ਰੀਫ ਦੀ ਬੇਟੀ ਨੂੰ 7 ਸਾਲਾਂ ਦੀ ਅਤੇ ਦਾਮਾਦ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਆਰੋਪ ਦੇ ਵਿੱਚ ਪਿਛਲੇ ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ੁੱਕਰਵਾਰ ਨੂੰ ਐਵਨਫੀਲਡ ਵਿੱਚ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਸ਼ਰੀਫ ਪਰਿਵਾਰ ਨੂੰ ਸਜ਼ਾ ਦੇ ਨਾਲ ਨਾਲ ਵੱਡਾ ਜੁਰਮਾਨਾ ਵੀ ਲਾਇਆ ਗਿਆ। ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਮਰੀਅਮ ਸ਼ਰੀਫ ਨੂੰ 7 ਸਾਲਾਂ ਤੇ ਉਹਨਾਂ ਦੇ ਦਾਮਾਦ ਸੇਵਾ ਮੁਕਤ ਕੈਪਟਨ ਸਫਦਰ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਨਾਲ ਨਾਲ ਨਵਾਜ਼ ਨੂੰ 8 ਮਿਲੀਅਨ ਪੌਂਡ ਤੇ ਮਰੀਅਮ ਨੂੰ 2 ਮਿਲੀਅਨ ਪੌਂਡ ਦਾ ਜੁਰਮਾਨਾ ਲਾਇਆ ਗਿਆ। ਬਰਤਾਨੀਆ ਦੀ ਅਕਾਊਂਟੇਬਿਲਿਟੀ ਕੋਰਟ ਨੇ ਇਸ ਉੱਚ ਪੱਧਰੀ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸ਼ਰੀਫ ਪਰਿਵਾਰ ਵਿਰੁੱਧ ਸਖ਼ਤ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਨੂੰ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਤਿਆਗਣਾ ਪਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਮੈਂ ਨਵਾਂ ਜੱਜ ਉਸ ਨੂੰ ਹੀ ਨਿਯੁਕਤ ਕਰਾਂਗਾ ਜੋ ਸੰਵਿਧਾਨ ਨੂੰ ਪੂਰੀ ਤਰ੍ਹਾਂ ਸਮਝਦਾ ਹੋਵੇ ਅਤੇ ਉਸ ਦੀ ਪਾਲਣਾ ਕਰਦਾ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਸੁਪਰੀਮ ਕੋਰਟ 'ਚ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਾਮਜ਼ਦ ਨਹੀਂ ਕਰਨਗੇ ਜਿਹੜਾ ਬੈਂਚ ਨਾਲ ਜੁਡੀਸ਼ੀਅਲ ਸਮੱਗਰੀ 'ਚ ਹਿੱਸੇਦਾਰੀ ਕਰਦਾ ਹੋਵੇ, ਬਲਕਿ ਇੱਕ ਅਜਿਹੇ ਜੱਜ ਨੂੰ ਚੁਣਨਗੇ ਜਿਹੜਾ ਸੰਵਿਧਾਨ ਦੀ ਪਾਲਣਾ ਕਰਦਾ ਹੋਵੇ। ਸੇਵਾ ਮੁਕਤ ਜੱਜ ਐਂਥਨੀ ਕੈਨੇਡੀ ਦੀ ਥਾਂ 'ਤੇ ਕਿਸੇ ਜੱਜ ਨੂੰ ਚੁਣਨ ਤੋਂ ਪਹਿਲਾਂ ਟਰੰਪ ਦਾ ਇਹ ਬਿਆਨ ਸਾਹਮਣੇ ਆਇਆ ਹੈ। ਵਾਈਟ ਹਾਊਸ ਮੁਤਾਬਕ ਟਰੰਪ ਨੇ ਹੁਣ ਤੱਕ 7 ਜੱਜਾਂ ਦੀ ਇੰਟਰਵਿਊ ਕੀਤੀ ਹੈ, ਜਿਸ 'ਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਮੁਲ ਥਾਪਰ ਵੀ ਸ਼ਾਮਲ ਹਨ। ਕੈਨੇਡੀ ਨੇ ਹਾਲ ਹੀ ਵਿੱਚ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਹੁੰਦੇ ਹੋ ਆਗਿਆ। ਸਤਿ ਸ਼੍ਰੀ ਅਕਾਲ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 516-998-3222 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000। ਹੁਣ ਆਪਣਾ ਪੰਜਾਬ ਗਰੁੱਪ ਲੈ ਕੇ ਆਏ ਹਨ ਮਾਈ ਟਿਕਟ ਬਾਈ ਏਅਰ। ਸਸਤੀਆਂ ਅਤੇ ਹੋਲਸੇਲ ਰੇਟਾਂ ਤੇ ਹਵਾਈ ਟਿਕਟਾਂ ਲੈਣ ਲਈ ਸਾਡੇ ਰਿਚਮੰਡ ਹਿੱਲ ਨਿਊਯਾਰਕ ਆਫਿਸ ਵਿੱਚ ਅੱਜ ਹੀ ਸੰਪਰਕ ਕਰੋ। ਸਾਡਾ ਟੋਲ ਫ੍ਰੀ ਨੰਬਰ ਹੈ 833-817-7200 ਤੇ ਟਿਕਟਾਂ ਲੈਣ ਲਈ ਸਾਨੂੰ ਸੰਪਰਕ ਕਰੋ 516-274-3666।